ਬਾਦਸ਼ਾਹੀ ਮਸਜਿਦ ਖੜ੍ਹੇ ਹਾਂ ਤਾਂ ਹੁਣੇ ਅਸੀਂ ਗੁਰਦੁਆਰਾ ਡੇਰਾ ਸਾਹਿਬ ਤੋਂ ਆਏ ਸੀਗੇ ਤਾਂ ਬਾਦਸ਼ਾਹੀ ਮਸਜਿਦ ਵੀ ਨਾਲ ਹੀ ਆ ਤਾਂ ਵੀ ਦੇਖਣ ਆਏ। ਬਾਦਸ਼ਾਹੀ ਮਸਜਿਦ ਔਰੰਗਜ਼ੇਬ ਬਾਦਸ਼ਾਹ ਨੇ ਬਣਾਈ ਸੀਗੀ, ਤਾਂ ਵੈਸੇ ਇਤਿਹਾਸ ਦੇ ਵਿੱਚ ਆਹੀ ਲਿਖਿਆ ਜਾਂਦਾ ਕਿ ਔਰੰਗਜ਼ੇਬ ਨੇ ਇੱਕ ਮਸਜਿਦ ਬਣਾਈ ਤਾਂ ਇਹ ਬਾਦਸ਼ਾਹੀ ਮਸਜਿਦ ਹੈ, ਕਿਉਂਕਿ ਕਾਫੀ ਉਹਦੀ ਜ਼ਿੰਦਗੀ ਜੰਗ ਦੇ ਵਿੱਚ ਗੁਜ਼ਰੀ ਤਾਂ ਇੱਕ ਮਸਜਿਦ ਉਹਨੇ ਬਣਾਈ। ਤਾਂ ਅੰਦਰ ਤੁਸੀਂ ਆਓਗੇ ਜੋ ਦੇਖੋਗੇ ਕਾਫੀ ਖੂਬਸੂਰਤ ਮਸਜਿਦ ਆ, ਇਹਦੀ ਜਗ੍ਹਾ ਕਾਫੀ ਖਾਲੀ ਆ, ਤਾਂ ਮੈਨੂੰ ਲੱਗਦਾ ਜਦੋਂ ਨਮਾਜ਼ ਪੜ੍ਹਦੇ ਹੋਗੇ ਕਾਫੀ ਨੰਬਰ ਜ਼ਿਆਦਾ ਤਾਦਾਦ ਦੇ ਇੱਥੇ ਪਹੁੰਚ ਸਕਦੇ ਆ। ਵਜ਼ੀਰ ਖਾਨ ਮਸਜਿਦ ਤੋਂ ਕਪੈਸਿਟੀ ਜ਼ਿਆਦਾ ਲੱਗਦੀ ਮੈਨੂੰ, ਤਾਂ ਉਸਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਇੱਥੇ ਜ਼ਿਆਦਾ ਨਮਾਜ਼ ਪੜ੍ਹਨ ਆ ਸਕਦੇ। ਤਾਂ ਇਹ ਜੇ ਇਹਨੂੰ ਦੇਖਿਆ ਜਾਵੇ ਜੇ ਕੰਪੇਅਰ ਕਰਨਾ ਹੋਵੇ ਸ਼ਾਇਦ ਦਿੱਲੀ ਜਾਮਾ ਮਸਜਿਦ ਦੇ ਬਰਾਬਰ ਤੁਸੀਂ ਕਹਿ ਸਕਦੇ ਹਾਂ, ਪਰ ਉਹਦਾ ਵੀ ਅਲੱਗ ਜਾਂ ਸਟਾਈਲ ਆ, ਪਰ ਉਹ ਵੀ ਮੁਗਲੀਆ ਦੌਰ ਦੀ ਮਸਜਿਦ ਆ। ਇੱਕ ਕੰਮ ਗੱਲ ਮੈਂ ਜ਼ਰੂਰ ਕਹੂੰਗਾ ਕਿ ਜੇ ਤੁਸੀਂ ਆਏ ਇੱਥੇ ਦੋ ਤਿੰਨ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ। ਪਹਿਲਾਂ ਤਾਂ ਜੋ ਮਸਜਿਦ ਦੇ ਕਸਟਮ ਹੁੰਦੇ, ਜੋ ਟ੍ਰੈਡੀਸ਼ਨ ਹੁੰਦੇ ਆ, ਉਹਨਾਂ ਨੂੰ ਤੁਸੀਂ ਸਾਂਭ ਕੇ ਰੱਖੋ। ਲੇਡੀਜ਼ ਤਾਂ ਜੈਂਟਸ ਆਪਣਾ ਜੇ ਸਿਰ ਢੱਕਣਾ ਚਾਹੀਦਾ ਲੇਡੀਜ਼ ਨੂੰ, ਉਹ ਵੀ ਤੁਸੀਂ ਖਿਆਲ 'ਚ ਰੱਖੋ, ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਏ ਹੋਊਗੇ ਜਿਹੜੇ ਇੱਥੇ ਡਿਸਰਿਸਪੈਕਟ ਦੇ ਨਾਲ ਦੇਖਿਆ ਜਾਊਗਾ। ਜੇ ਤੁਸੀਂ ਕੈਮਰਾ ਲਿਆਉਣਾ ਆ, ਕੈਮਰਾ ਤਾਂ ਟ੍ਰਾਈਪੋਡ ਸੈਲਫੀ ਸਟਿਕ ਆ ਮਨਾ ਹੈ ਇੱਥੇ, ਉਹ ਵੀ ਤੁਸੀਂ ਦੇਖ ਕੇ ਇੱਥੇ ਆਉਣਾ, ਕਿਉਂਕਿ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਮਿਲਣੀ ਤਾਂ ਵਾਪਸ ਜਾ ਕੇ ਤੁਹਾਨੂੰ ਰੱਖਣਾ ਪੈਣਾ। ਅਸੀਂ ਵੀ ਮੋਬਾਈਲ 'ਤੇ ਅੱਜ ਫਿਲਮ ਕਰਦੇ ਹਾਂ, ਸੋ ਆਹ ਤੁਹਾਨੂੰ ਖਿਆਲ 'ਚ ਰੱਖਣਾ ਪੈਣਾ ਜੇ ਤੁਸੀਂ ਆਏ ਇੱਥੇ। ਵੈਸੇ ਇੱਕ ਵਾਰੀ ਜਦੋਂ ਤੁਸੀਂ ਪਹੁੰਚੇ ਇੱਥੇ ਕਾਫੀ ਇੱਥੇ ਸਕੂਨ ਮਿਲਦਾ, ਤਾਂ ਕਾਫੀ ਇੱਥੇ ਜਗ੍ਹਾ ਦੇਖਣ ਨੂੰ ਆਲੇ ਦੁਆਲੇ ਵੀ ਕਾਫੀ ਕੁਛ ਆ। ਪਿੱਛੇ ਫੂਡ ਸਟਰੀਟ ਦਿਸਦੀ ਆ, ਪਿੱਛੇ ਗੁਰਦੁਆਰਾ ਦਿਸਦਾ ਆ, ਮਹਾਰਾਜਾ ਰਣਜੀਤ ਸਿੰਘ ਸਮਾਧ ਦਿਸਦੀ ਆ, ਤਾਂ ਕਾਫੀ ਕੁਛ ਇਸ ਇਲਾਕੇ 'ਤੇ ਆ, ਤਾਂ ਕਾਫੀ ਕੁਛ ਦੇਖਣ ਦਾ। ਲਾਹੌਰ ਦਾ ਕਿਲ੍ਹਾ ਵੀ ਇਸ ਦੇ ਨਾਲ ਹੀ ਆ, ਤਾਂ ਗੁਰਦੁਆਰਾ ਡੇਰਾ ਸਾਹਿਬ ਵੀ ਇਸ ਦੇ ਨਾਲ ਹੀ ਆ। ਆਪਣਾ ਟਾਈਮ ਤਾਂ ਇੱਥੇ ਆ ਕੇ ਮੈਨੂੰ ਲੱਗਦਾ ਕਾਫੀ ਅਸੀਂ ਸਿੱਖ ਵੀ ਸਕਦੇ ਹਾਂ, ਕਾਫੀ ਸਾਇੰਸ ਵੀ ਲੱਗੇ ਆ ਦੋ ਤਿੰਨ ਬੋਲੀਆਂ ਦੇ ਵਿੱਚ, ਉਹ ਵੀ ਜ਼ਰੂਰ ਪੜ੍ਹੋ ਤਾਂ ਆਵੋ, ਦੇਖੋ ਤਾਂ ਸਿੱਖੋ। ਸਭ ਤੋਂ ਜ਼ਿਆਦਾ ਖੂਬਸੂਰਤ ਦੇਖੋ, ਹਰੇਕ ਚੀਜ਼ ਦੀ ਅਲੱਗ ਖੂਬੀ ਹੁੰਦੀ ਆ, ਪਰ ਜੇ ਮੈਨੂੰ ਪੁੱਛਿਆ ਜਾਵੇ ਸ਼ਾਇਦ ਵਜ਼ੀਰ ਖਾਨ ਮਸਜਿਦ ਉਹਦੀ ਖੂਬਸੂਰਤੀ
ਅਲੱਗ ਆ, ਉਹਦੇ ਡਿਜ਼ਾਈਨ ਜਿਹੜੇ ਦੇਖਿਆ ਜਾਵੇ ਉਹ ਵੀ ਅਲੱਗ ਆ, ਉਹਦੀ ਉਹਦੀ ਆਰਕੀਟੈਕਚਰ ਜੋ ਕਾਮਯਾਬ ਕਾਰਾਗਿਰੀ ਕੀਤੀ ਆ ਉਹ ਵੀ ਕਾਫੀ ਅਲੱਗ ਆ। ਤਾਂ ਉਹ ਵੀ ਵੈਸੇ ਇਹ ਇੱਕ ਹੀ ਦੌਰੇ 'ਚ ਬਣੀਆਂ ਸੀ? ਹਾਂਜੀ, ਮਤਲਬ ਅੱਗੇ ਪਿੱਛੇ ਟਾਈਮ ਪੀਰੀਅਡ ਦਾ 7 ਸਾਲ ਦੇ ਵਿੱਚ ਬਣਿਆ ਗਿਆ। ਇਹ ਆ ਕਾਫੀ ਕਾਫੀ ਦੇਰ ਬਾਅਦ ਬਣੀ, ਉਹ ਸ਼ਾਹਜਹਾਂ ਦੇ ਦੌਰ ਸੀਗੀ ਆ ਔਰੰਗਜ਼ੇਬ। ਇਹ ਔਰੰਗਜ਼ੇਬ ਠੀਕ ਹੈ। ਬਹੁਤ ਕੌਣ ਕੌਣ ਆਇਓ? ਕੀ ਤੇ ਆਇਓ? ਮੋਟਰਸਾਈਕਲ ਦੇ ਬਾਦਸ਼ਾਹ ਮਿਨਾਰ ਪਾਕਿਸਤਾਨ ਵੇਖ ਕੇ ਬਾਦਸ਼ਾਹ